ਅਤੇ ਤੁਸੀਂ ਇਹ ਦੇਖ ਸਕਦੇ ਹੋ, ਹੁਣ ਅਸੀਂ ਇਹ ਭਾਰ ਇਮਤਿਆਜ਼ ਕੋਲੋਂ ਆਏ ਹਾਂ ਅਤੇ ਇਹਨਾਂ ਕੋਲ ਹੁਣ ਵੇਖਿਆ ਜੇ ਕੁਛ ਮਿਲਦਾ ਤਾਂ ਮਿਲਦਾ ਸਾਨੂੰ ਕਿਸ ਤਰ੍ਹਾਂ, ਇੱਥੇ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ ਜ਼ਰੂਰ, ਲੇਕਿਨ ਚੀਜ਼ ਤੁਹਾਨੂੰ ਅੱਛੀ ਮਿਲੇਗੀ। ਅਤੇ ਤੁਸੀਂ ਹਮੇਸ਼ਾ ਦੀ ਤਰ੍ਹਾਂ ਇਸ ਵੀਡੀਓ ਨੂੰ ਲਾਈਕ ਕਰਨਾ ਅਤੇ ਅਸੀਂ ਤੁਹਾਡੇ ਵਾਸਤੇ ਅੱਛੀ ਵੀਡੀਓ ਜਿਹੜੀ ਇਹਨਾਂ ਨੂੰ ਡਾਲਦੇ ਰਹਾਂਗੇ ਔਰ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ ਕਿ ਤੁਸੀਂ ਈਦ ਦਾ ਗੋਸ਼ਤ ਖਾਣਾ ਅਤੇ ਖਾਣਾ ਕਿੱਥੋਂ। ਇਹ ਪੁਆਇੰਟ ਇੱਥੋਂ ਅਸੀਂ ਮੈਂ ਹਰ 8 ਦਿਨ ਬਾਅਦ ਇੱਥੋਂ ਗੋਸ਼ਤ ਲਾ ਕੇ ਲੈ ਕੇ ਜਾਂਦਾ ਵਾਂ ਅਤੇ ਅੱਜ ਵੀ ਇੱਥੋਂ ਆਏ। ਇੱਕ ਮਿੰਟ ਸਾਡੀ ਇਹ ਪੀਸ ਠੀਕ ਹੈ ਜੀ, ਕਰੋ ਲਾਓ ਕੋਈ ਇੱਕ ਥੋੜ੍ਹਾ ਜਿਹਾ ਹੋਰ ਪੀਸ ਨਾਲ ਇਹਦੇ ਨਾਲ ਪਾ ਦਿਓ, ਆਹ 3 ਕਰ ਲਈਏ ਪਾ ਦਿਓ, ਜਿਹੜਾ ਇਹ ਗਰਦਨ ਜੇ ਲਓ ਜੀ। ਇਹ ਹੁਣ ਤੁਹਾਨੂੰ ਮੇਕਿੰਗ ਦੀ ਦਿਖਾਉਂਦੇ ਹਾਂ, ਤੁਸੀਂ ਦੇਖੋ ਕਿ ਮੱਛੀ ਦਾ ਪੀਸ ਖੁੱਲੇ ਅੱਛੇ ਤਰੀਕੇ ਨਾਲ ਸਫਾਈ ਭਾਈ ਸਹੀ ਲਾਣੀ ਹੈ। ਦੇਖੋ 2-3 ਬੰਦੇ ਪਿੱਛੇ ਇਹਨਾਂ ਦਾ ਹੈਲਪਰ ਬੈਠੇ ਹੁੰਦੇ ਨੇ ਔਰ ਅੱਗੇ ਸਾਰੇ ਆਪ ਹੀ ਮਤਲਬ ਜੈਨੂਅਨ ਜਿਹੜੇ ਕਾਰੀਗਰ ਨੇ ਉਹ ਬੈਠੇ ਆ। ਤੁਸੀਂ ਇਹਨਾਂ ਕੋਲ ਆਪਣੀ ਮਰਜ਼ੀ ਦਾ ਗੋਸ਼ਤ ਬਣਵਾ ਸਕਦੇ ਹੋ। ਪਾਕਿਸਤਾਨੀ ਕੌਮ ਖੁਸ਼ੀ ਦੇ ਨਾਲ ਨਿਹਾਲ ਹੈ ਕਿਉਂਕਿ ਈਦ ਹੈ ਹਾਂ ਬਈ ਰਾਜਾ ਲੈ ਕੀ ਲਿਆਂਦੇ ਮੱਛੀ ਦੀ ਇਹ ਬੋਟੀ ਤੇ ਦਿਲ ਖੁਸ਼ ਕਰ ਛੱਡਦੀ ਹੈ ਨਾ।
ਲਓ ਜੀ ਦੋਸਤੋ, ਇੱਥੋਂ ਆ ਕੇ ਗੋਸ਼ਤ ਖਰੀਦਦਾਰੀ ਕਰਨੀ ਤਾਂ ਮਜ਼ਾ ਆਏਗਾ ਇਨਸ਼ਾਅੱਲਾ ਤਾਲਾ। ਤੁਹਾਨੂੰ ਕੁਆਲਿਟੀ ਵਾਲਾ ਗੋਸ਼ਤ ਵਿਖਾਇਆ, ਜਿਹੜਾ ਆਏਗਾ ਉਹ ਹੀ ਇਨਸ਼ਾਅੱਲਾ ਤਾਲਾ ਅੱਛੇ ਲਫਜ਼ਾਂ ਨਾਲ ਯਾਦ ਕਰੇਗਾ। ਰਾਹ ਵਾਲੀ ਗੁਜਰਾਂ ਵਾਲਾ ਕੈਂਟ ਨੀਅਰ ਫਾਟਕ।